ਸਕੂਲ ਜੀ ਨੈਕਸਟ ਆਪਾਂ ਇੰਗਲਿਸ਼ ਕਰ ਇੰਗਲਿਸ਼ ਦੇ ਸ਼ੋਰਟ ਹੈਂਡ ਦਾ ਸੈਕੰਡ ਸਰਕਲ ਕਰਨ ਜਾ ਰਹੇ ਹਾਂ ਪਹਿਲਾ ਸਰਕਲ ਤੁਸੀਂ ਕਰ ਲਿਆ ਹੋਣਾ ਜਿਹਨੂੰ ਯਾਦ ਹੋ ਗਿਆ ਟੈਸਟ ਦਿੱਤਾ ਟੈਸਟ ਵਿੱਚ ਜਾਣਾ ਘਰ ਵਿੱਚ ਕੋਈ ਵੀ ਪੜ੍ਹਿਆ ਲਿਖਿਆ ਹੈਗਾ ਉਹਨੂੰ ਆਪਣਾ ਆਪਣਾ ਜਿਹੜਾ ਪੇਜ ਤੁਹਾਨੂੰ ਮੈਂ ਕਿਹਾ ਸੀ ਇਹ ਵਾਲਾ ਇਹ ਉਹਨੂੰ ਦੇ ਦੇਣਾ ਉਹ ਤੁਹਾਨੂੰ ਸਰਕਲ ਦੇ ਵਿੱਚੋਂ ਅਸੀਂ ਅੱਖਰ ਬੋਲੇਗਾ ਤੁਸੀਂ ਉਹਨੂੰ ਲਿਖਣਾ ਹੈ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੈ ਠੀਕ ਹੈ ਅਤੇ ਮੈਨੂੰ ਵੀ ਤਾਂ ਕੋਈ ਕਾਲ ਕਰਕੇ ਮੈਸੇਜ ਕਰਕੇ ਇਹਨੇ ਮੇਰੇ ਕੋਲ ਪੇਡ ਕੋਰਸ ਕਰਨਾ ਹੈਗਾ ਉਹ ਮੈਨੂੰ ਕਾਲ ਕਰਕੇ ਮੇਰੇ ਨਾਲ ਗੱਲ ਕਰਕੇ ਉਹ ਟੈਸਟ ਡੇਲੀ ਦੇਣਾ ਤੁਸੀਂ ਟੈਸਟ ਦੇਣਾ ਜ਼ਰੂਰੀ ਹੈਗਾ ਟੈਸਟ ਕਰਨ ਤੋਂ ਬਾਅਦ ਹੀ ਤੁਸੀਂ ਆਪਾਂ ਅੱਗੇ ਵਧਾਂਗੇ ਜੇ ਟੈਸਟ ਆਪਣਾ ਕਲੀਅਰ ਹੋਗਾ ਅੱਗੇ ਵਧਾਂਗੇ ਜੇ ਟੈਸਟ ਕਲੀਅਰ ਨਹੀਂ ਹੋਏਗਾ ਅੱਖਾਂ ਯਾਦ ਨਹੀਂ ਹੋਈ ਫਿਰ ਆਪਾਂ ਅੱਗੇ ਨੈਕਸਟ ਨਹੀਂ ਕਰਾਂਗੇ ਠੀਕ ਹੈ ਨੈਕਸਟ ਦੇਖਦੇ ਹਾਂ ਹਾਂਜੀ ਐਲ ਐਲ ਠੀਕ ਹੈ ਆਹ ਐਰੋ ਆਇਆ ਹੋਇਆ ਇੱਥੋਂ ਸਟਾਰਟ ਹੋਇਆ ਇੱਥੇ ਖਤਮ ਹੋ ਰਿਹਾ ਇੱਥੋਂ ਸਟਾਰਟ ਹੋਇਆ ਇੱਥੇ ਖਤਮ ਹੋ ਰਿਹਾ ਉਹਦੀ ਇਸ਼ਾ ਇਸ 'ਤੇ ਜੀ ਇੱਥੋਂ ਸਟਾਰਟ ਖਤਮ ਇਸ 'ਤੇ ਜੀ ਆ ਜੈਡ ਐਚ ਡਬਲ ਈ ਜੀ ਤਾਂ ਰੇ ਰੇ ਪਹਿਲਾਂ ਕਰ ਚੁੱਕੇ ਆਪਾਂ ਇੱਕ ਰੇ ਹੋਣ ਆਪ ਆ ਗਿਆ ਇੱਕ ਰੇ ਪਹਿਲਾਂ ਕਿਸੇ ਥੱਲੋਂ ਤੁਹਾਨੂੰ ਇੱਕ ਰੇ ਡਾਊਨ ਆ ਗਿਆ ਠੀਕ ਹੈ ਇਹਦੇ ਅਲੱਗ ਅਲੱਗ ਪੋਜੀਸ਼ਨ ਹੈ ਜਿਹਦੇ ਅਲੱਗ ਅਲੱਗ ਇਹਦੇ ਬਾਰੇ ਚੈਪਟਰ ਹੈਗਾ ਉਹ ਅੱਗੇ ਸਮਝਾਂਗੇ ਫਿਲਹਾਲ ਤੁਸੀਂ ਇਹਨੂੰ ਕਾਪੀ ਕਰਦੇ ਜਾਣਾ ਹੁਣ ਸ਼ੇਪ ਕੀ ਬਣਨੀ ਦੇਖ ਲਓ ਪਹਿਲਾਂ ਠੀਕ ਹੈ ਐਲ ਥੱਲੋਂ ਉੱਪਰ ਨੂੰ ਐਫ ਵੀ ਰੇ ਇਸ਼ ਤੇ ਜੀ ਲਾਈਟ ਲਾਈਟ ਡਾਰਕ ਲਾਈਟ ਲਾਈਟ ਤੇ ਡਾਰਕ ਠੀਕ ਹੈ ਐਲ ਐਫ ਵੀ ਰੇ ਡਾਊਨ ਇਸ਼ ਆਈ ਐਸ ਐਚ ਇਸ਼ ਜੀ ਜੈਡ ਡਬਲ ਐਚ ਜੈਡ ਐਚ ਐਲ ਈ ਜੀ ਠੀਕ ਬੈਟਸ ਕਲਰ ਦੀ ਕਾਫੀ ਹੋ ਕਰੋਗਾ ਇੱਕ ਲਾਈਨ ਦੇ ਵਿੱਚ ਸੱਤ ਅੱਖਰ ਰਹਿਣਗੇ ਛੇ ਹੁੰਦੀ ਕਹਿੰਦੇ ਡੈਸ਼ ਨਹੀਂ ਚੇਂਜ ਕਰਨੇ ਮੈਟਰ ਨਹੀਂ ਚੇਂਜ ਕਰਨਾ ਇਸ ਪੇਜ 'ਤੇ ਤੁਹਾਡਾ ਲਾਈਟ ਰੱਖ ਦਿੱਤਾ ਹੋਇਆ ਬੁੱਕ ਤੁਹਾਡੀ ਵਿੱਚ ਲਾਈਟ ਰੱਖ ਦਿੱਤਾ ਹੋਇਆ ਬੁੱਕ ਤੁਸੀਂ ਲੈ ਲਈ ਹੋਣੀ ਨੋਟਪੈਡ 'ਤੇ ਪ੍ਰੈਸ ਕਰਨੀ ਇੱਕ ਲਾਈਨ ਦੇ ਵਿੱਚ ਸੱਤ ਅੱਖਰ ਇੱਕ ਲਾਈਨ 'ਤੇ ਸੱਤ ਅੱਖਰ ਅਤੇ 20 ਪੇਜ ਭਰਨੇ ਆ ਯਾਦ ਕਰਨਾ ਹੈਗਾ ਟੈਸਟ ਦੇਣਾ ਟੈਸਟ ਮੈਨੂੰ ਡੇਲੀ ਕਾਲ ਕਰਕੇ ਵਟਸਐਪ 'ਤੇ ਆਪਾਂ ਗੱਲ ਕਰਾਂਗੇ ਵੀਡੀਓ ਦੇ ਵਿੱਚ ਅਤੇ ਕੁਛ ਆਪਾਂ ਟੈਸਟ ਦੇਵਾਂਗੇ ਅੱਗੇ ਵਧਾਂਗੇ ਠੀਕ ਹੈ ਸੈਲ ਨਹੀਂ ਚੇਂਜ ਕਰਨਾ ਡੈਸ਼ ਨਹੀਂ ਚੇਂਜ ਕਰਨਾ ਇੱਕ ਲਾਈਨ ਦੇ ਵਿੱਚ ਸੱਤ ਅੱਖਰ ਤੁਹਾਡੀ ਨੋਟਪੈਡ 'ਤੇ ਸੈਲ ਜੀ ਇਸ ਤਰ੍ਹਾਂ ਹੈਗਾ ਵੀ ਉਹਦੇ ਵਿੱਚ ਸੱਤ ਅੱਖਰ ਹੀ ਪੈਂਦੇ ਆ ਸਹਿਜ ਨਹੀਂ ਤੁਹਾਨੂੰ ਘਟਾਉਣਾ ਡੇਲੀ ਟੈਸਟ ਮੈਨੂੰ ਦੇਣਾ ਹੈਗਾ ਇੱਥੇ ਗਲਤ ਨਹੀਂ ਪੜ੍ਹ ਸਕਦਾ ਗਲਤ ਹੋ ਗਿਆ ਅਤੇ ਕਿੱਤਾ ਕਰ ਸਾਰਾ ਕੁਛ ਪੈ ਜਾਣਾ ਠੀਕ ਹੈ ਟੈਸਟ ਡੇਲੀ ਦੇਣਾ ਜ਼ਰੂਰੀ ਹੈ ਇਸ ਕਰਕੇ ਆਪਾਂ ਇਹ ਪੇਡ ਕੋਰਸ ਕੀਤਾ ਹੈਗਾ ਤੁਹਾਨੂੰ ਪ੍ਰੋਪਰਲੀ ਮੈਂ ਸਮਝਾ ਸਕਾਂ ਗੱਲ ਕਰ ਸਕਾਂ ਤੁਹਾਡੇ ਇੰਟਰਸਟ ਦਾ ਮੈਨੂੰ ਪਾ ਲੱਗ ਜਾਓ ਤੁਸੀਂ ਇੰਟਰਸਟਡ ਹੋ ਇਸ ਦੇ ਵਿੱਚ ਠੀਕ ਹੈ ਜੀ ਥੈਂਕ ਯੂ ਜੀ ਦੇਖੋ